नमस्कार दोस्तों, वीडियो भंडार यूट्यूब चैनल आपका स्वागत है। ये पनेसर कंपनी का स्ट्रो रीपर है और आज इस वीडियो के अंदर इस रीपर की टेक्निकल डिटेल्स और बताऊंगा भी और आपको दिखाऊंगा भी। और जैसा कि हम बात कर रहे हैं, ये पनेसर का SR756 स्ट्रो रीपर है और ये क्या नाम थे अपना, मोदा सिंह जी हैं जो साथ में टेक्निकल डिटेल्स बताएंगे इसकी अपनी। थोड़ा तेज बोलना सर, हाँ बताओ। जैसे जी ये पल्ला सीगा, हाँ जी हाँ, ਇਹ ਬਿੰਗਾ ਹੋ ਜਾਂਦਾ ਸੀਗਾ ਜੋ ਕਿ ਹੁਣ ਆਪਾਂ ਹੈਵੀ ਕਰਤਾ ਪਲੇਟ ਵਾਲਾ। ਠੀਕ 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 ਹੈ ਜੀ। ਦੂਜੇ ਨੰਬਰ ਤੇ ਇਹ ਰੀਲ ਚਾਰ ਪਾਈਪਾਂ ਵਾਲੀ ਚੱਲਦੀ ਸੀ, ਇਹ ਹੁਣ ਪੰਜ ਵਾਲੀ ਹੋ ਗਈ। ਅੱਛਾ, ਪੰਜ ਪੰਜ ਪਾਈਪ ਕੇ ਸਾਥ ਮੇਂ ਪੰਜ, ਹਾਂ ਜੀ, ਤਾਂ ਕਿ ਜਿਆਦਾ ਜਿਆਦਾ ਗ੍ਰੇਨ ਅੰਦਰ ਜਾਏ, ਮਾਲ ਨਹੀਂ ਲਿਫਟੇਗਾ, ਵੇਸਟ ਨਹੀਂ ਹੋਗਾ। ਹਾਂ ਜੀ ਠੀਕ ਠੀਕ। ਤੀਸਰੇ ਨੰਬਰ ਤੇ ਜੇ ਆ ਗਈ ਟੈਨ, ਹਾਂ ਦੇਖੋ ਇਹ ਹੈਵੀ ਕਰਤੀ, ਟੈਨ ਹੈਵੀ ਕਰਤੀ ਤਾਂ ਕਿ ਨੀਚੇ ਜਿਵੇਂ ਮਿੱਟੀ ਵਗੈਰਾ ਆ ਜਾਏ ਜਾਂ ਫਿਰ ਕੋਈ ਈਟ ਵਗੈਰਾ ਆ ਜਾਏ ਟੇਢੀ ਨਹੀਂ ਹੋਗੀ ਇਹ। ਹਾਂ ਜੀ। ਔਰ ਤੇ ਗੇਅਰ ਤੇ ਆ ਗਈ, ਹਾਂ ਮੇਨ ਗੇਅਰ ਹੁੰਦਾ ਇਸ ਦਾ ਆਪਣਾ ਗੇਅਰ, ਮੇਨ ਜੋ ਚੀਜ਼ ਹੁੰਦੀ ਹੈ ਗੇਅਰ। ਹਾਂ ਹਾਂ, ਇਹ ਗੇਅਰ ਆ ਗਈ, ਇਹ ਸਿੱਧਾ ਗੇਅਰ ਆ ਮਸ਼ੀਨ ਵਾਲਾ। ਅੱਛਾ ਅੱਛਾ। ਇਹਦਾ ਪਾਰਟਸ ਆਪਾਂ ਕਿਤੋਂ ਮਰਜ਼ੀ ਲੈ ਕੇ ਪਾ ਸਕਦੇ ਹਾਂ, ਲੋ ਮੇਨਟੇਨੈਂਸ ਕਾ ਹੈ। ਔਰ ਜੈਸੇ ਕਿ ਅਗਰ ਮੰਨ ਕੇ ਚਲੋ ਫਿਊਚਰ ਮੇਂ ਅਗਰ ਕੋਈ ਪ੍ਰੋਬਲਮ ਆ ਵੀ ਜਾਤੀ ਹੈ ਤੋ ਬੰਦਾ ਕਹੀਂ ਸੇ ਵੀ ਇਸਕੇ ਪ੍ਰੋਡਕਟ ਸੇ ਮਿਲ ਜਾਏ ਤੇ ਆਰਾਮ ਸੇ ਇਸਕੇ ਸਾਰੇ ਪਾਰਟਸ ਵਗੈਰਾ ਮਿਲ ਜਾਏ। ਟ੍ਰੈਕਟਰ ਚੇਂਜ ਕਰਨਾ ਹੈ ਤੋ ਗੇਅਰ ਦਾ ਕੁਝ ਨਹੀਂ ਚੇਂਜ ਕਰਨਾ ਪਏਗਾ। ਠੀਕ ਠੀਕ। ਸਿਰਫ ਇੱਕ ਪੁਲੀ ਹੈ। ਅੱਛਾ, ਇਹ ਸਾਥ ਮੇਂ ਆਪਨੇ ਪੁਲੀ ਲਗਾ ਦੀ, ਬਟ ਟ੍ਰੈਕਟਰ ਜੈਸੇ ਆਪਕੋ ਐਚਪੀ ਕੇ ਹਿਸਾਬ ਸੇ ਚੇਂਜ ਹੋਤੇ ਰਹਤੇ ਹੈ, ਇਹ ਚੱਕਰ ਚੇਂਜ ਹੋਤੇ ਰਹਤੇ ਹੈ। ਇੱਕ ਜਾਂ ਦੋਨੇ ਪੁਲੀ ਬਦਲਣੀ ਪਊਗੀ। ਅੱਛਾ, ਇਹ ਪੁਲੀ ਨੰਬਰ ਹੈ, ਆਪ ਆਟੋਮੈਟਿਕ ਉਸਕੋ ਗਾਈਡ ਕਰ ਦੋਗੇ ਕੰਪਨੀ ਵਾਲੇ ਬੰਦੇ। ਕੋਈ ਕੁਝ ਨਹੀਂ ਕਰਨਾ ਪਏਗਾ ਜੀ। ਠੀਕ 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 ਠੀਕ। ਤੇ ਦੂਸਰੇ ਨੰਬਰ ਤੇ ਜੀ ਜੋ ਇਹ ਸਾਫਟ ਸੀਗੀ, ਹਾਂ ਹਾਂ ਹਾਂ, ਜੋ ਪਹਿਲਾਂ ਹਲਕੀ ਆਉਂਦੀ ਸੀਗੀ ਪੱਖੇ ਵਾਲੀ ਮੇਨ ਸਾਫਟ। ਠੀਕ ਠੀਕ ਠੀਕ। ਇਹ ਹੁਣ 10 ਨੰਬਰ ਕਰਤੀ ਜੀ, ਹੈਵੀ ਸਾਫਟ ਕਰਤੀ, ਹੈਵੀ ਸਾਫਟ ਕਰਤੀ। ਔਰ ਲੁਬਰੀਕੇਟ ਕੇ ਲਈ ਆਪਨੇ ਅਲਗ ਸੇ ਪੁਆਇੰਟ ਦੇ ਦਿਆ ਤਾਂ ਕਿ ਗ੍ਰੀਸਿੰਗ ਵਗੈਰਾ ਕਰਨੇ ਮੇਂ ਬੰਦੇ ਕੋ ਕੋਈ ਪ੍ਰੋਬਲਮ ਨਾ ਹੋ ਔਰ ਲਾਈਫ ਕੋ ਆਲਮੋਸਟ ਡਬਲ ਕਰ ਸਕਦਾ ਬੰਦਾ। ਇਹ ਟਾਇਰ ਬਦਲ ਤੇ ਚੇਂਜ ਕਰਤੇ ਜੀ। ਅੱਛਾ, ਟਾਇਰ ਚੇਂਜ ਹੈਵੀ ਵਾਲੇ ਕਰਤੇ ਹੁਣ, ਇਹ 650-20 ਕਾ ਕਰ ਦਿਆ। ਹਾਂਜੀ। ਅੱਛਾ, ਹੈਵੀ ਡਿਊਟੀ ਕਰਚਾਂ ਚ ਹੁੰਦੇ ਸੀ ਪੈਂਚਰ। ਅੱਛਾ, ਪੈਂਚਰ ਹੋ ਜਾਂਦਾ ਉਸਕੇ ਅੰਦਰ। ਅਭੀ ਇਸਕੇ ਅੰਦਰ ਪੈਂਚਰ ਹੋਣੇ ਦਾ ਚਾਂਸ ਨਾ ਮਾਤਰ ਰਹਿ ਜਾਂਦੇ ਔਰ ਜਿਸਸੇ ਬੰਦਾ ਗੁੱਡੀ ਵੀ ਮੋਟੀ ਹੈ ਨਾ ਜੀ। ਠੀਕ ਠੀਕ। ਜਿਹੜੇ ਵਾਲੇ ਟਾਇਰ ਸੀ ਇਹ ਟਰੈਕਟਰ ਵਾਲੇ ਟਾਇਰ ਹੈ। ਅੱਛਾ ਅੱਛਾ, ਇਹ ਟਰੈਕਟਰ ਵਾਲੇ ਟਾਇਰ ਦੇ ਸਾਥ ਮੇਂ ਹੈ। ਔਰ ਕੋਈ ਤੀਸਰਾ ਨੰਬਰ ਜੀ, ਜੋ ਕਿ ਦਾਣੇ ਕੱਢਣ ਦੀ ਦਿੱਕਤ ਆਉਂਦੀ ਸੀ, ਦੋ ਬੰਦੇ ਨੂੰ ਕੱਢਣੇ ਪੈਂਦੇ ਸੀ, ਇਹ ਇੱਕ ਬੰਦਾ ਹੀ ਨਿਕਾਲੇਗਾ, ਇੱਕ ਵਾਰ ਚ ਨਿਕਾਲੇਗਾ ਦਾਣੇ। ਅੱਛਾ, ਇੱਕ ਬੰਦਾ ਹੀ ਨਿਕਾਲ ਦੇਗਾ, ਆਟੋਮੈਟਿਕ ਸਾਰਾ ਇਹ ਨੀਚੇ ਸੇ ਖੁੱਲ ਜਾਏਗਾ, ਇੱਕ ਵਾਰ ਜੀ, ਇੱਕ ਵਾਰ ਮੈਂ ਹੀ ਖੁੱਲ ਜਾਏਗਾ, ਪੂਰਾ ਪੂਰਾ ਸਾਰਾ ਨੀਚੇ ਦਾਣਾ ਗਿਰ ਜਾਏਗਾ। ਔਰ ਪਿੱਛੇ ਇਸਕੇ ਆਗੇ ਡਿਟੇਲਸ ਇਸਕੇ ਆਪਣਾ, ਇਹ ਡਬਲ ਫੈਨ ਕੇ ਸਾਥ ਮੇਂ ਹੈ। ਹਾਂ ਜੀ, ਡਬਲ ਫੈਨ ਕੇ ਸਾਥ। ਇੱਕ ਵਾਰ ਖੋਲੋਗੇ ਇਸਕੋ, ਆਟੋਮੈਟਿਕ ਲੋਕ ਹੋਰ ਕਾਫੀ ਹੱਦ ਤੱਕ ਹਮ ਇਸਕੋ ਖੋਲ ਸਕਤੇ, ਉੱਪਰ ਤੱਕ ਇਸਕੋ ਖੋਲ ਸਕਤੇ, ਜਿਤਨਾ ਵੀ ਖੋਲ ਸਕਦੇ ਖੋਲ ਸਕਦੇ। ਠੀਕ ਠੀਕ ਠੀਕ। ਲੋਕ ਸੇ ਖੋਲ ਸਕਤੇ ਔਰ ਇਹ ਡਬਲ ਫੈਨ ਕੇ ਸਾਥ ਮੇਂ ਹੈ, ਤਾਂ ਕਿ ਜ਼ਿਆਦਾ ਜ਼ਿਆਦਾ ਅਨਾਜ ਜੈਸੇ ਆਪ ਗੀਲੇ ਅਨਾਜ ਮੇਂ ਵੀ ਇਸਕੋ ਅੱਛੇ ਤਰੀਕੇ ਸੇ ਅੱਛੀ ਪਰਫਾਰਮੈਂਸ ਦੇਗਾ ਆਪਣੀ ਇਹ। ਔਰ ਇਹ ਡਬਲ ਹੁੱਕ ਦਿਆ ਹੈ, ਡਬਲ ਹੁੱਕ ਦਿਆ ਹੈ, ਕਿਸੇ ਤਰੀਕੇ ਸੇ ਆਪ ਦੋਨ ਸੀ ਟ੍ਰੋਲੀ ਜ਼ੋਨ ਸੇ ਉਸਮੇ ਚਾਹੋ ਵੈਸੇ ਮਿਲਾ ਸਕਤੇ ਉਸਮੇ। ਔਰ ਇਧਰ ਆਪਣਾ ਇਹ ਸੇਫਟੀ ਕੇ ਲਈ ਸਾਰਾ ਕਵਰ ਕੀਆ ਹੈ, ਜੋ ਕਿ ਇਥੋਂ ਲਾਂਗਾ ਇਕੱਠਾ ਹੁੰਦਾ ਸੀਗਾ, ਦੇਖੋ ਸਭ, ਹਾਂ ਹਾਂ, ਇੱਥੇ ਲਾਂਗਾ ਜ਼ਿਆਦਾ ਇਕੱਠਾ ਹੋ ਜਾਂਦਾ ਸੀ, ਹਾਂ, ਇਸ ਲਈ ਉਹ ਇਧਰ ਇਕੱਠਾ ਹੋ ਜਾਂਦਾ ਸੀ, ਸਾਥ ਮੇਂ ਆਪਕੋ ਬਾਹਰ ਪਿੱਛੇ ਆ ਜਾਏਗਾ, ਕਵਰ ਦੇ ਦਿਆ, ਉਹਨੂੰ ਲਾਂਗਾ ਖਰਾਬ ਨਹੀਂ ਹੋਏਗਾ, ਕੋਈ ਚੋਕ ਨਹੀਂ ਹੋਏਗਾ, ਚੈਨ ਨਹੀਂ ਖਰਾਬ ਹੋਏਗੀ ਇਹਦੇ ਸਾਥ। ਅੱਛਾ, ਚੇਨ ਦੀ ਲਾਈਫ ਬਣੀ ਰਹੇਗੀ, ਜ਼ਿਆਦਾ ਜ਼ਿਆਦਾ ਲਾਈਫ ਬਣੇਗੀ। ਇਹ ਇਧਰ ਤੁਸੀਂ ਟੈਕਨੀਕਲ ਡਿਟੇਲਸ ਦੀ ਹੈ ਔਰ ਇਸਕਾ ਪ੍ਰਾਈਜ਼ ਕਿਆ ਹੈ ਆਪਣਾ? ਪ੍ਰਾਈਜ਼ 2,75,000 ਹੈ ਸਰ। ਅੱਛਾ, 2,75,000 ਰੁਪਏ ਦੀ ਹੈ। ਅਭੀ ਇਹ ਜੋ ਇਸਕੀ ਕਟਰ ਕੀ ਲੰਬਾਈ ਕਿਤਨੀ, 56 ਇੰਚ ਕੀ ਕਟਾਈ? 7 ਫੁੱਟ ਹੈ। ਅੱਛਾ, 7 ਫੁੱਟ ਕੇ, 7 ਫੁੱਟ ਕਾ ਕਟਿੰਗ ਏਰੀਆ ਇਸਕਾ, ਕਟਿੰਗ ਏਰੀਆ 7 ਫੁੱਟ ਕਾ ਕਟਿੰਗ ਏਰੀਆ ਸਾਥ ਮੇਂ। ਔਰ 56 ਕਿਆ ਹੈ ਫਿਰ ਉਹ ਆਪਣਾ? ਉਹ ਡਰਮ ਹੈ ਸਰ। ਅੱਛਾ, 56 ਇੰਚ ਕਾ ਡਰਮ ਹੈ ਇਸਕਾ, ਡਰਮ ਵੀ ਵਧਾ ਦਿਆ ਅੱਗੇ ਨਾਲੋਂ, 300 ਕੁਸ ਬਲੇਟ ਪਾ ਦਈਏ ਸਰ। ਅੱਛਾ, 300 ਬਲੇਟ ਕੇ ਸਾਥ ਮੇਂ ਡਰਮ ਬਣਾ ਦਿਆ, ਜੋ ਥੱਲੇ ਇੱਕ ਲਾਈਨ ਹੁੰਦੀ ਸੀਗੀ ਸਟੈਪ ਵਾਲੀ, ਉਹ 3 ਲਾਈਨਾਂ ਕਰ ਦਈਏ ਆਪਾਂ। ਅੱਛਾ ਅੱਛਾ, ਜਿਹਦੇ ਨਾਲ ਕਿ ਟਰੈਕਟਰ ਰੈਲਾ ਲਾਏ, ਤੁੜੀ ਜੈਸੀ ਆ ਗਾਹਕੋ ਚਾਹੀਦੀ ਆ ਉਸੇ ਤਰ੍ਹਾਂ ਕੀ ਤੁੜੀ ਬਣੇਗੀ। ਔਰ ਆਪਸ਼ਨਲ ਮੇਂ ਔਰ ਕੋਈ ਔਰ ਕੌਣ ਕੌਣ ਸੇ ਪ੍ਰੋਡਕਟ ਹੈ ਆਪਣੇ ਇਸ ਸਟੋਰ ਰੀਪਰ ਮੇਂ, ਕਿਆ ਕਿਆ ਆਪਸ਼ਨ ਹੈ? ਰੀਲ ਉੱਪਰ ਨੀਚੇ ਕਰਨੇ ਵਾਸਤੇ। ਅੱਛਾ, ਹੋਲ ਦੇ ਦਿਆ। ਅੱਛਾ, ਇਹ ਹੋਲ ਦੇ ਦਿਆ ਆਪ ਨੂੰ ਉੱਪਰ ਨੀਚੇ ਕਰਨੇ ਕੇ ਲਈ, ਉੱਪਰ ਨੀਚੇ ਜੈਸੇ ਵੀ ਕਰ। ਠੀਕ 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 ਠੀਕ। ਔਰ ਇਹ ਵੀ 8 ਫੁੱਟ ਮੇਂ ਵੀ ਆਤਾ ਹੈ ਕੋਈ? ਹਾਂਜੀ, 8 ਮੇਂ ਵੀ ਕਰਤੇ। ਅੱਛਾ, 62 ਇੰਚ ਮੇਂ ਵੀ ਆਤਾ ਹੈ ਆਪਣੇ, 62 ਇੰਚ ਕੇ ਸਾਥ ਮੇਂ ਆਤਾ ਹੈ ਉਸਕਾ, 8 ਫੁੱਟ ਕਟਰ ਹੋਏਗਾ। ਅੱਛਾ, 8 ਫੁੱਟ ਕਟਰ ਕੇ ਸਾਥ ਮੇਂ ਆਏਗਾ ਪ੍ਰੋਪਰ ਤਰੀਕੇ। ਔਰ ਪ੍ਰਾਈਸ ਕਿਆ ਹੈ ਇਸਕਾ ਆਪਣਾ ਜੋ ਫਿਲਹਾਲ ਇਹ 7 ਫੁੱਟ ਕਾ ਹੈ? 7 ਫੁੱਟ ਕਾ ਜੀ 2,75,000 ਰੁਪਏ। ਅੱਛਾ, 2,75,000 ਰੁਪਏ ਪ੍ਰਾਈਸ ਹੈ ਇਹ ਮੇਲੇ ਕੇ ਅੰਦਰ, ਐਗਜੀਬਿਸ਼ਨ ਲੱਗਿਆ ਹੋਇਆ ਆਪਣਾ ਮੋਹਾਲੀ ਕੇ ਅੰਦਰ, ਉਸਕੇ ਅੰਦਰ ਮੇਂ ਆਪਣਾ ਕੋਈ ਵਿਜ਼ਿਟਿੰਗ ਕਾਰਡ ਜਿਸੇ ਅਗਰ ਕੰਪਨੀ ਕਾ ਬੰਦਾ ਅਗਰ ਕੋਈ ਕੰਟੈਕਟ ਕਰਨਾ ਚਾਹੇ, ਅਗਰ ਆਪਸੇ ਬਾਰੇ ਮੇਂ ਡਿਟੇਲਸ ਪਤਾ ਕਰਨਾ ਚਾਹੇ ਕੋਈ ਵੀ ਪ੍ਰੋਡਕਟ ਕੇ ਬਾਰੇ ਮੇਂ, ਤੋ ਇਹ ਆਪਣਾ ਇਹ ਹੈ ਭਾਈ, ਇਸ ਨੰਬਰ ਪੇ ਆਪ ਕੰਟੈਕਟ ਕਰ ਸਕਤੇ ਹੋ। ਆਪਕੋ ਅਗਰ ਕੋਈ ਵੀ ਇਨਕੁਆਇਰੀ ਕਰਨੀ ਹੈ ਤੋ ਆਪ ਇਸ ਨੰਬਰ ਪੇ ਕੰਟੈਕਟ ਕਰ ਸਕਤੇ ਹੋ ਸਟੋਰ ਰੀਪਰ ਕੇ ਬਾਰੇ ਮੇਂ। ਅਗਰ ਵੀਡੀਓ ਜੈਸੀ ਵੀ ਲਗੇ ਪਲੀਜ਼ ਕਮੈਂਟ ਕਰਕੇ ਜ਼ਰੂਰ ਬਤਾਣਾ, ਅਗਰ ਵੀਡੀਓ ਪਸੰਦ ਆਏ ਤਾਂ ਪਲੀਜ਼ ਚੈਨਲ ਕੋ ਸਬਸਕ੍ਰਾਈਬ ਕਰਨਾ, ਵੀਡੀਓ ਲਾਈਕ ਕਰਨਾ, ਸ਼ੇਅਰ ਕਰਨਾ। ਥੈਂਕ ਯੂ ਦੋਸਤੋ।